ਕੇਜਰੀਵਾਲ ਸਾਹਿਬ ਕਹਿੰਦੇ ਨੇ ਕਿ ਸਹਿਮਤੀ ਸਾਡੀ ਬਣ ਗਈ ਹੈ ਕਿ ਅਸੀਂ ਵੱਖੋ ਵੱਖਰੇ ਤਰੀਕੇ ਦੇ ਨਾਲ ਚੋਣ ਲੜਾਂਗੇ, ਯਾਨੀ ਕਾਂਗਰਸ ਅਤੇ ਆਮ ਆਦਮੀ ਪਾਰਟੀ ਲੋਕ ਸਭਾ ਦੀਆਂ ਸੀਟਾਂ ਵੱਖੋ ਵੱਖਰੇ ਤਰੀਕੇ ਨਾਲ ਲੜੇ। ਦਿੱਲੀ ਦੇ ਵਿੱਚ 62 ਸੀਟਾਂ ਕੇਜਰੀਵਾਲ ਸਾਹਿਬ ਕੋਲ ਨੇ ਅਤੇ ਦੋ ਵਾਰ 19 ਅਤੇ 14 ਨਤੀਜਾ ਕੀ ਆਇਆ? ਸਾਰੀਆਂ 7 ਦੀਆਂ 7 ਭਾਰਤੀ ਜਨਤਾ ਪਾਰਟੀ ਲੋਕ ਸਭਾ ਸੀਟਾਂ ਜਿੱਤ ਗਈ। ਪੰਜਾਬ ਦੇ ਵਿੱਚ ਕਾਂਗਰਸ 1 ਨੰਬਰ 'ਤੇ ਆ ਗਈ ਜਿੱਤ ਕੇ ਅਤੇ ਭਾਰਤੀ ਜਨਤਾ ਪਾਰਟੀ, ਆਮ ਆਦਮੀ ਪਾਰਟੀ ਨੂੰ ਤਾਂ 1 ਸੰਗਰੂਰ ਦੀ ਸੀਟ ਇਕੱਲੇ ਭਗਵੰਤ ਮਾਨ ਦੀ ਮਿਲੀ। ਹੁਣ ਉਪ ਚੋਣ ਦੇ ਵਿੱਚ ਉਹਦੇ ਵੱਟੇ ਜਲੰਧਰ ਵਾਲੀ ਮਿਲ ਗਈ, ਨਹੀਂ ਤਾਂ ਕੋਈ ਵੀ ਨਹੀਂ ਸੀ। ਹੁਣ ਜਦੋਂ ਚੋਣਾਂ ਆਉਣਗੀਆਂ, ਉਹਨਾਂ ਚੋਣਾਂ ਦੇ ਵਿੱਚ ਕਿਸ ਤਰ੍ਹਾਂ ਦਾ ਗੱਠਜੋੜ ਬਣਦਾ ਹੈ? ਪਹਿਲਾਂ ਤਾਂ ਇੰਡੀਆ ਗੱਠਜੋੜ ਦੇ ਵਿੱਚੋਂ ਬਹੁਤ ਸਾਰੇ ਆਗੂ ਛੱਡ ਛੱਡ ਭੱਜੀ ਜਾਂਦੇ ਨੇ, ਮੈਨੂੰ ਪਤਾ ਨਹੀਂ ਉਹਦਾ ਕਾਰਨ ਕੀ ਹੈ। ਜਿਸ ਤਰ੍ਹਾਂ ਦੇ ਨਾਲ ਇੰਡੀਆ ਗੱਠਜੋੜ ਦੀ ਚਰਚਾ ਚੱਲ ਰਹੀ ਹੈ, ਇੰਡੀਆ ਗੱਠਜੋੜ ਦੇ ਵਿੱਚ ਕਈ ਤਰ੍ਹਾਂ ਨੇ। ਆਮ ਆਦਮੀ ਪਾਰਟੀ ਚਾਹੇ ਹਾਲਾਂਕਿ ਛੋਟੀ ਪਾਰਟੀ ਸੀ, ਪਰ ਆਪਣੇ ਆਪ ਦਾ ਪੂਰਾ ਦਬਦਬਾ ਬਣਾ ਚੁੱਕੀ ਹੈ ਇੰਡੀਆ ਗੱਠਜੋੜ ਦੇ ਵਿੱਚ। ਕਾਫੀ ਮੀਟਿੰਗਾਂ ਹੋ ਗਈਆਂ ਅਤੇ ਹੁਣ ਕੇਜਰੀਵਾਲ ਸਾਹਿਬ ਕਹਿੰਦੇ ਨੇ ਕਿ ਸਹਿਮਤੀ ਸਾਡੀ ਬਣ ਗਈ ਹੈ ਕਿ ਅਸੀਂ ਵੱਖੋ ਵੱਖਰੇ ਤਰੀਕੇ ਦੇ ਨਾਲ ਚੋਣ ਲੜਾਂਗੇ, ਯਾਨੀ ਕਾਂਗਰਸ ਅਤੇ ਆਮ ਆਦਮੀ ਪਾਰਟੀ ਲੋਕ ਸਭਾ ਦੀਆਂ ਸੀਟਾਂ ਵੱਖੋ ਵੱਖਰੇ ਤਰੀਕੇ ਨਾਲ ਲੜੇਗੀ। ਦੇਖੋ, ਪਤਾ ਨਹੀਂ ਹੁਣ ਇਹਨਾਂ ਨੇ ਕਿਸ ਤਰ੍ਹਾਂ ਦੀ ਸਹਿਮਤੀ ਬਣਾਈ ਹੈ। ਕਾਂਗਰਸ ਵੀ ਕਹਿੰਦੀ ਅਸੀਂ ਵੱਖਰੇ ਲੜਨਾ ਹੈ। ਮੈਂ ਸਮਝਦਾ ਕਿ ਜਿਹੜਾ ਇਸ ਵੇਲੇ ਰਾਹੁਲ ਗਾਂਧੀ ਨੇ ਯਾਤਰਾ ਸ਼ੁਰੂ ਕੀਤੀ ਵੀ ਹੈ ਨਾ, ਇੱਕ ਬੰਦਾ ਕੋਈ ਲਾਲਾ ਹਰਦਿਆਲ ਐਵੇਂ ਤਾਂ ਹੈ ਨਹੀਂ ਵੀ 16 ਬੰਦਿਆਂ ਨੂੰ ਇਕੱਠੇ ਸੁਣ ਸਕਦਾ। ਧਿਆਨ ਵੰਡੇ ਜਾਂਦੇ ਹੈ। ਰਾਹੁਲ ਗਾਂਧੀ ਸਾਹਿਬ ਨੂੰ ਇਹ ਯਾਤਰਾ ਮੈਂ ਸਮਝਦਾ ਕਿ ਸਰਦੀ ਸ਼ੁਰੂ ਹੋਣ ਤੱਕ ਮੁਕਾ ਲੈਣੀ ਚਾਹੀਦੀ ਸੀ। ਇਸ ਵੇਲੇ ਤਾਂ ਇੰਡੀਆ ਗੱਠਜੋੜ ਨੂੰ ਪ੍ਰਫੁੱਲਿਤ ਕਰਨ ਦੀ ਲੋੜ ਸੀ। ਜਿਹੜਾ 3 ਰਾਜਾਂ ਦੇ ਵਿੱਚ ਇਹ ਚੋਣ ਲੜੀ ਇਹਨਾਂ ਨੇ, ਉਹਦੇ ਵਿੱਚ ਬਹੁਤ ਕੁਝ ਵਾਪਰਿਆ। ਧਰਮਿੰਦਰ ਚੁਕਾਣੇ ਵਾਲੇ ਅੰਕੜੇ ਸਾਹਮਣੇ ਆ ਰਹੇ ਨੇ। ਭਾਨੂ ਪ੍ਰਤਾਪ ਸਿੰਘ ਨੇ ਜਿਹੜਾ ਉਹ ਸੁਪਰੀਮ ਕੋਰਟ ਦੇ ਬੜੇ ਸੀਨੀਅਰ ਵਕੀਲ ਨੇ, ਉਹਨਾਂ ਨੇ ਜਿਹੜੇ ਆਉਣ ਵਾਲੇ ਮਨਸੂਬੇ ਵੀ ਦੱਸਤੇ ਭਾਰਤੀ ਜਨਤਾ ਪਾਰਟੀ ਦੇ ਕਿ ਬੰਗਲੌਰ 'ਚ ਮਸ਼ੀਨਾਂ ਬਣ ਰਹੀਆਂ ਨੇ, ਉੱਥੇ ਕਿਵੇਂ ਕਿਵੇਂ ਪ੍ਰੋਗਰਾਮ ਸੈਟਿੰਗ ਕੀਤੀ ਜਾ ਰਹੀ ਆ ਮਸ਼ੀਨਾਂ ਦੀ ਜੀ। ਉਹਨਾਂ ਨੇ ਪਿਛਲੇ ਅੰਕੜੇ ਲਿਆ ਕੇ ਦਿੱਤੇ, ਛੱਤੀਸਗੜ੍ਹ, ਮੱਧ ਪ੍ਰਦੇਸ਼, ਹਰਿਆਣਾ ਨਾ ਰਾਜਸਥਾਨ, ਹਰਿਆਣਾ ਨਹੀਂ ਮਾਫ ਕਰਨਾ, ਰਾਜਸਥਾਨ, ਕਿਵੇਂ ਕਿਵੇਂ ਉੱਥੇ ਪ੍ਰੋਗਰਾਮ ਹੋਈ ਹੈ ਕਿ ਕਿਵੇਂ ਵੋਟਾਂ ਕੱਟੀਆਂ ਜਾ ਰਹੀਆਂ ਨੇ, ਉਹ ਸਾਰੇ ਅੰਕੜੇ ਚੁਕਾਉਣ ਵਾਲੇ ਨੇ। ਜੇ ਇਹਨਾਂ ਨੇ ਹੁਣ ਕੇਜਰੀਵਾਲ ਸਾਹਿਬ ਬੈਠੇ ਸੀ, ਮਲਕਰਜਨ ਖੜਗੇ ਬੈਠੇ ਸੀ ਅਤੇ ਅਭਿਸ਼ੇਕ ਮਨੂ ਸਿੰਘ ਵੀ ਸੀਨੀਅਰ ਵਕੀਲ, ਉਹ ਵੀ ਬੈਠੇ ਸੀ। ਇਹ ਕਹਿੰਦੇ ਅਸੀਂ ਅੱਡ ਅੱਡ ਲੜਨਾ ਹੈ। ਜ਼ਰੂਰ ਲੜੋ। ਕੀ ਤੁਸੀਂ ਅੱਡ ਅੱਡ ਲੜ ਕੇ, ਪਹਿਲਾਂ ਦਿੱਲੀ ਦੀ ਗੱਲ ਕਰ ਲਈਏ ਆਪਾਂ, ਦਿੱਲੀ ਦੇ ਵਿੱਚ 62 ਸੀਟਾਂ ਕੇਜਰੀਵਾਲ ਸਾਹਿਬ ਕੋਲ ਨੇ ਅਤੇ ਦੋ ਵਾਰ 19 ਅਤੇ 14 ਨਤੀਜਾ ਕੀ ਆਇਆ? ਸਾਰੀਆਂ 7 ਦੀਆਂ 7 ਭਾਰਤੀ ਜਨਤਾ ਪਾਰਟੀ ਲੋਕ ਸਭਾ ਸੀਟਾਂ ਜਿੱਤ ਗਈ। ਪੰਜਾਬ ਦਾ ਰਿਜ਼ਲਟ ਹਮੇਸ਼ਾ ਉਲਟ ਹੁੰਦਾ ਹੈ। ਪੰਜਾਬ ਦੇ ਵਿੱਚ ਪਿਛਲੀ ਵਾਰ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰ ਬਣਾਈ 17 ਦੇ ਵਿੱਚ, 19 ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਆਈਆਂ, ਜੋ ਨਤੀਜਾ ਭਾਰਤ ਦੇ ਵਿੱਚ ਨਿਕਲਿਆ ਉਸ ਤੋਂ ਉਲਟ ਪੰਜਾਬ ਦੇ ਵਿੱਚ ਸੀ।
ਪੰਜਾਬ ਦੇ ਵਿੱਚ ਕਾਂਗਰਸ ਇੱਕ ਨੰਬਰ 'ਤੇ ਆ ਗਈ ਜਿੱਤ ਕੇ, ਅਤੇ ਭਾਰਤੀ ਜਨਤਾ ਪਾਰਟੀ, ਆਮ ਆਦਮੀ ਪਾਰਟੀ ਨੂੰ ਤਾਂ ਇੱਕ ਸੰਗਰੂਰ ਦੀ ਸੀਟ ਇਕੱਲੇ ਭਗਵੰਤ ਮਾਨ ਦੀ ਮਿਲੀ। ਹੁਣ ਉਪ ਚੋਣ ਦੇ ਵਿੱਚ ਉਹਦੇ ਵੱਟੇ ਜਲੰਧਰ ਵਾਲੀ ਮਿਲ ਗਈ, ਨਹੀਂ ਤਾਂ ਕੋਈ ਵੀ ਨਹੀਂ ਸੀ। ਸੰਗਰੂਰ ਵਾਲੀ ਸੀਟ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਖੋਲ੍ਹੀ। ਹੁਣ ਜਦੋਂ ਚੋਣਾਂ ਆਉਣਗੀਆਂ, ਉਹਨਾਂ ਚੋਣਾਂ ਦੇ ਵਿੱਚ ਕਿਸ ਤਰ੍ਹਾਂ ਦਾ ਗੱਠਜੋੜ ਬਣਦਾ ਹੈ? ਪਹਿਲਾਂ ਤਾਂ ਇੰਡੀਆ ਗੱਠਜੋੜ ਦੇ ਵਿੱਚੋਂ ਬਹੁਤ ਸਾਰੇ ਆਗੂ ਛੱਡ ਛੱਡ ਭੱਜੀ ਜਾਂਦੇ ਨੇ, ਮੈਨੂੰ ਪਤਾ ਨਹੀਂ ਉਹਦਾ ਕਾਰਨ ਕੀ ਹੈ। ਜਿਨ੍ਹਾਂ ਲੋਕਾਂ ਨੇ ਕਈ ਕਈ ਦਹਾਕੇ ਪਾਰਟੀ ਦੇ ਸਿਰ 'ਤੇ ਮੌਜ ਮਸਤੀਆਂ ਕੀਤੀਆਂ, ਅੱਜ ਪਾਰਟੀ 'ਚੋਂ ਬੋਲ ਲੱਗ ਗਈ ਉਹਨਾਂ ਨੂੰ, ਅੱਜ ਉਹ ਕਹਿੰਦੇ ਇਹ ਤਾਂ ਪਾਰਟੀ ਬਹੁਤ ਮਾੜੀ ਹੈ, ਇਹਦੀ ਕੀ ਗਰੰਟੀ ਹੈ? ਜਿੱਥੇ ਉਹ ਚੱਲੇ ਨੇ ਕੱਲ੍ਹ ਉੱਥੇ ਵੀ ਰਹਿਣਗੇ। ਅੱਜ ਪਾਰਟੀਆਂ ਦਾ ਸਿਸਟਮ ਹੋਰ ਤਰੀਕੇ ਦਾ ਬਣ ਚੁੱਕਿਆ, ਜਿਹੜਾ ਕਿ ਨਹੀਂ ਹੋਣਾ ਚਾਹੀਦਾ। ਇਹਨਾਂ ਨੂੰ ਉਹਦੇ ਵਿੱਚ ਬਦਲਾਅ ਅਤੇ ਚੇਂਜ ਲਿਆਉਣੀ ਚਾਹੀਦੀ ਹੈ। ਜੇ ਮੰਥਨ ਕਰੋ, ਕਹਿੰਦੇ ਅਸੀਂ ਮੰਥਨ ਕਰ ਲਿਆ, ਅਸੀਂ ਇਕੱਲੇ ਇਕੱਲੇ ਹੀ ਫਾਇਦੇਮੰਦ ਹੈ, ਪਰ ਜੇ ਵੋਟਾਂ ਪਾਟ ਜਾਣਗੀਆਂ, ਪੰਜਾਬ ਦੀ ਕਾਂਗਰਸ ਤਾਂ ਪਹਿਲੇ ਦਿਨ ਤੋਂ ਕਹਿੰਦੀ ਆ ਰਹੀ ਹੈ, ਦਿੱਲੀ ਦੇ ਵਿੱਚ ਵੀ ਅਜੇ ਮਾਕਣ ਸਾਹਿਬ ਕਹਿੰਦੇ ਸੀ, ਰੌਲਾ ਉੱਥੋਂ ਪਿਆ ਇਹਨਾਂ ਦਾ। ਦਿੱਲੀ 'ਚ ਫਾਰਮੂਲਾ ਬਣਿਆ ਸੀ 4-3 ਦਾ, ਬਾਅਦ ਦੇ ਵਿੱਚ ਪੰਜਾਬ ਦੇ ਵਿੱਚ ਵੀ ਬਣਿਆ ਸੀ 7-7 ਦਾ, ਚੰਡੀਗੜ੍ਹ ਵਿੱਚ ਰਲਾ ਕੇ। ਹੁਣ ਇਹ ਕਹਿੰਦੇ 1-2 ਲੈ ਲਓ। ਇਸ ਵੇਲੇ ਭਾਰਤ ਆਮ ਆਦਮੀ ਪਾਰਟੀ ਵੀ ਬਹੁਤ ਉੱਚੇ ਟਿੱਲੇ 'ਤੇ ਚੜ੍ਹੀ ਹੋਈ ਹੈ। ਸੋ ਕਈ ਥਾਵਾਂ ਦੇ ਉੱਤੇ ਕਹਿੰਦੇ ਆ ਕਿ ਆਪਾਂ ਚੋਣ ਅੱਡ ਅੱਡ ਲੜ ਲਓ, ਬਾਅਦ ਦੇ ਵਿੱਚ ਇਕੱਠੇ ਹੋ ਜਾਵਾਂਗੇ, ਪਰ ਜਦੋਂ ਤੁਹਾਡੀਆਂ ਵੋਟਾਂ ਪੱਟਣਗੀਆਂ ਲਿਖ ਲਿਓ, ਉਹਦਾ ਨੁਕਸਾਨ ਤੁਹਾਨੂੰ ਹੋਣਾ ਹੈ, ਉਹਦਾ ਫਾਇਦਾ ਦੂਜੇ ਪਾਸੇ ਵਾਲਿਆਂ ਨੂੰ ਹੋਣਾ। ਜਦਕਿ ਉਹ ਇੱਕ ਇੱਕ ਸੀਟ ਦੇ ਪਿੱਛੇ ਵੀ ਲੜਾਈ ਲੜਦੇ ਆ, ਜੇ ਪਤਾ ਲੱਗ ਜਾਵੇ ਵੀ ਆਹ ਬੰਦਾ ਤੋੜਨ ਦੇ ਨਾਲ ਸਾਡਾ ਫਾਇਦਾ ਹੋ ਸਕਦਾ, ਭਾਵੇਂ ਉਹ ਕੋਈ ਤਰੀਕਾ ਅਪਣਾਉਣ, ਉਸ ਤਰ੍ਹਾਂ ਦਾ ਤਰੀਕਾ ਅਪਣਾਇਆ ਜਾ ਰਿਹਾ ਹੈ। ਅਤੇ ਅੰਦਰ ਖਾਤੇ ਮੇਰੇ ਤੋਂ ਗੱਲ ਸੁਣ ਲਿਓ, ਸਭ ਅੱਛਾ ਭਾਰਤੀ ਜਨਤਾ ਪਾਰਟੀ ਵਿੱਚ ਵੀ ਨਹੀਂ ਹੈ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ, ਗੱਲ ਕਰਾਂਗੇ ਸਿਆਸੀ ਹਵਾ ਦੀ, ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ, ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ, ਦੱਸਾਂਗੇ ਕੌਣ ਕਰ ਰਿਹਾ ਤੁਹਾਡੇ ਤੇ ਸਬਰ, ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ, ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ, ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ, ਹੋਣਗੇ ਹਰ ਪਹਿਲੂ ਤੇ ਰੋਸ ਚਰਚੇ, ਖੋਲਾਂਗੇ ਅੰਦਰੂਨੀ ਰਾਜ, ਬਣਾਂਗੇ ਬੁਲੰਦ ਆਵਾਜ਼, ਖੇਡ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ, ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਝਾਲ, ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ, ਕੀ ਕਰਦੀ ਹੈ ਸਾਡੀ ਸਰਕਾਰ, ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ, D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ ਸਿਰਫ ਲੋਕਾਂ ਦੀ ਗੱਲ, ਧਰਮ ਧਰੋਹਰ ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ, ਅਬ D5 ਚੈਨਲ ਹਿੰਦੀ ਵੀ ਹੋਗਾ ਸਰ, D5 ਚੈਨਲ ਪੰਜਾਬੀ, ਆਪਣੀ ਧਰਤੀ ਆਪਣੇ ਲੋਕ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਰਾਜ ਰੰਧਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ, ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ।